बटाला दे गांधी कैंप इलाके विच नौजवानों विच होए मामूली झगड़े तो बाद गुआंढी परिवारों की आपस विच होई तकरार दौरान एक धिर वल्लों तेजधार हथियारां नाल हमला कर दूसरी धिर दे प्यो पुत्त नूं गंभीर रूप विच जख्मी करन दा मामला सामने आया है। इस दौरान जख्मी हुए एक व्यक्ति दियां हत्थां दियां उंगलियां कटियां गईयां। इस संबंधी जानकारी दिंदे हुए सिविल हस्पताल विच जेरे इलाज अशोक कुमार ने दस्या कि उन्हां दे बेटे रवि दी गुआंढ विच रहिंदे एक नौजवान नाल पहला क्रिकेट ग्राउंड विच तकरार हुई, जिस तों बाद दोवें परिवारां विच मुड़ तों तकरार हो गई, जिस नूं लै के उह अपने परिवार अते कुछ लोकां नाल मिल के मामले की शिकायत पुलिस नूं कर जदों वापस घर पहुँचे तां दूसरी धिर ने उन्हां दे उपर हमला कर दिता, जिस विच अशोक कुमार दियां उंगलां वड्डियां गईयां। उधर इस झगड़े की सूचना मिलदिया सार ही DSP सिटी ललित कुमार पुलिस पार्टी समेत मौके ते पहुंचे अते जख्मियों नूं इलाज लई हस्पताल पहुंचाया गया। ओ मुंडे ना जिहड़ा ना मेरे मुंडे कहिंदा सी कि तू मेरे अखां सामने ना आया कर, तैनूं चुका देना आऊं कहिंदा सी, ते इन्ने जे माड़ी मोटी हत्थों पाई हुई बाद चो सिविल लाइन पर्चा देण चल गए चौंकी च आ गए कंप्लेंट देण, ओह पहले चल गए फिर अस बाद च आ गए, ਤੇ ਬਾਅਦ ਚ ਅਸੀਂ ਮੈਂ ਚੌਂਕੀ ਵੋਟ ਦੇ ਕੇ ਜਾਣ ਡਿਆ ਅੱਗੇ ਉਹਨਾਂ ਕਿਰਪਾਨਾਂ ਦਾਤਰ ਫੜੇ ਦੇ ਤੇ ਕਾਲਾ ਕੱਢਣ ਦੇ ਸੀ, ਮੈਂ ਕੀ ਹੋਇਆ ਬਾਈ, ਉਹਨਾਂ ਵੇਖਿਆ ਕੁਛ ਕੁਛ ਨੀ, ਆਉਂਦੇ ਕਿਰਪਾਨ ਮਾਰ ਦਿੱਤੀ ਮੇਰੇ, ਮੇਰੀਆਂ ਤਿੰਨੇ ਉਂਗਲਾਂ ਚੜ ਗਈਆਂ। ਇੰਨੀ ਗੱਲ ਇਹ ਹੋਈ ਹੈ ਕਿ ਆਈਡੀਆ ਖੇਡਿਆ ਜਾਂਦੀ ਕ੍ਰਿਕਟ ਤੇ ਵੇਖਣਾ ਮੈਂ ਜਦੋਂ ਮਰਜ਼ੀ ਵੇਖ, ਇੰਨੀ ਗੱਲ ਹੋਈ ਬਾਅਦ ਸਾਡੇ ਹੱਥੀ ਹੱਥੀ ਪੈਣ ਲੱਗ ਪਏ ਨਾ, ਠੀਕ ਹੈ, ਬਾਅਦ 'ਚ ਡੈਡੀ ਹੋਰੀ ਇੱਥੇ ਗਏ ਚੌਂਕੀ ਗਏ ਆ ਤੇ ਪਰਚਾ ਦੇ ਕੇ ਆਇਆ, ਬਾਜੂ ਆਉਂਦੇ ਘਰ ਆਏ ਨਾ ਤੇ ਬਾਜੂ ਆਉਂਦੇ ਇਹਨਾਂ ਨੇ ਆਉਂਦੇ ਵਾਰਦਾਤ ਕਰਤੀ ਹੈ, ਡੈਡੀ ਦੀ ਉਂਗਲਾਂ ਵਰਤੀਆਂ, ਮੈਂ ਗਿਆ ਮੇਰੇ ਨੂੰ ਦਿੱਤੇ ਦਸਤ ਮਾਰ ਦਾ ਕਦੇ ਨਾ ਹਮਲਾ ਕਦੇ ਨਾ ਕੀਤਾ ਇਹ ਦਾਤਰ ਫੜੇ ਦਾ, ਇਹ ਖੰਡਾ ਨਹੀਂ ਹੁੰਦਾ ਦੀਪ ਸਿੰਘ ਵਾਲਾ ਬੱਬੇ ਦਾ, ਉਹ ਫੜੇ ਰਹੇ ਉਹ ਤਿੱਖਾ ਬਹੁਤ ਜ਼ਿਆਦਾ ਤਿੱਖਾ ਹੈ। ਕੌਣ ਹੈ ਕੌਣ ਸੀ ਇਹ? ਨਾਲ ਦੇ ਆਉਣ ਨਾਲ ਦੀ ਪਿਛਲੀ ਗਲੀ 'ਚ ਰਹਿੰਦੇ ਗੁਆਂਢੀ। ਹਾਂਜੀ ਇੰਨੀ ਗੱਲ ਹੋਈ ਬਾਜੂ ਅਸੀਂ ਇੱਧਰ ਨੂੰ ਆ ਗਏ, ਬਾਜੂ ਮੈਂ ਪੱਟੀ ਪੁੱਟੀ ਕਰਾ ਲਈ। ਮੇਰਾ ਨਾਮ ਡਾਕਟਰ ਅਰਵਿੰਦਰ ਸ਼ਰਮਾ ਹੈ। ਸਾਡੇ ਕੋਲ ਨਾ ਦੋ ਪੇਸ਼ੈਂਟ ਆਏ ਨੇ ਗਾਂਧੀ ਨਗਰ ਕੈਂਪ ਦੇ, ਇੱਕ ਦਾ ਨਾਮ ਹੈ ਅਸ਼ੋਕ ਕੁਮਾਰ ਸਨ ਆਫ ਚੁਨੀ ਲਾਲ ਅਤੇ ਦੂਸਰੇ ਦਾ ਨਾਮ ਹੈ ਰਵੀ ਕੁਮਾਰ ਸਨ ਆਫ ਅਸ਼ੋਕ ਕੁਮਾਰ, ਦੋਨੋਂ ਬਾਪ ਬੇਟਾ ਨੇ ਅਤੇ ਇਹਨਾਂ ਨੂੰ ਦੋਨਾਂ ਨੇ ਕਾਫੀ ਜ਼ਿਆਦਾ ਇਹਨਾਂ ਦੇ ਇੰਜਰੀਜ਼ ਨੇ, ਮਲਟੀਪਲ ਇੰਜਰੀਜ਼ ਨੇ, ਅਲੈਜਡ ਹਿਸਟਰੀ ਆਫ ਅਸੋਲਟ ਹੈ ਅਤੇ ਉਹਨਾਂ ਦੇ ਜਿਹੜੇ ਅਸ਼ੋਕ ਕੁਮਾਰ ਆ ਉਹਦੇ ਵੀ ਸੱਟ ਜ਼ਿਆਦਾ ਹੈ, ਹੱਥ 'ਤੇ ਸੱਟ ਆ, ਅਤੇ ਜਿਹੜਾ ਬੇਟਾ ਹੈ ਉਹਨਾਂ ਦਾ ਰਵੀ ਕੁਮਾਰ ਉਹਨਾਂ ਦੇ ਸ਼ੋਲਡਰ ਨੀਅਰ ਨੈੱਕ ਦੇ ਉਹਦੇ ਸੱਟ ਇੰਜਰੀ ਹੈਗੀ ਆ, ਉਹਨਾਂ ਨੂੰ ਫਸਟ ਏਡ ਦੇ ਦਿੱਤੀ ਗਈ ਹੈ, ਸਟਿਚ ਲਗਾ ਦਿੱਤੇ ਗਏ ਨੇ ਅਤੇ ਜਸਟ ਉਹਨਾਂ ਦੇ ਜਿਹੜਾ ਪੇਸ਼ੈਂਟ ਅਸ਼ੋਕ ਕੁਮਾਰ ਉਹਨਾਂ ਦੀਆਂ ਉਂਗਲਾਂ ਲੱਥ ਗਈਆਂ ਨੇ ਅਤੇ ਇਸ ਕਰਕੇ ਉਹਨਾਂ ਨੂੰ ਆਪਾਂ ਫਰਦਰਲੀ ਮੈਨੇਜਮੈਂਟ ਲਈ ਆਪਾਂ ਗੁਰੂ ਨਾਨਕ ਦੇਵ ਹੋਸਪਿਟਲ ਅੰਮ੍ਰਿਤਸਰ ਲਈ ਭੇਜਿਆ ਕਿ ਕਿਸੇ ਤਰ੍ਹਾਂ ਦਾ ਜੇ ਉਹਨਾਂ ਦੀ ਪਲਾਸਟਿਕ ਸਰਜਰੀ ਨਾਲ ਉਹਨਾਂ ਦੀਆਂ ਉਂਗਲਾਂ ਵਾਪਸ ਜੁੜ ਜਾਣ।